अनाज मंडी भिखीविंड अते इलाके दीआं मंडियां अंदर जिहड़ी आ ओह कणक दी चकाई ना होण नूं लै के गुस्से विच आए आड़तीआं वल्लों जिहड़ा वा अज अनाज मंडी दे भिखीविंड दे अंदर स्थित मार्केट कमेटी भिखीविंड विखे जिहड़ा वा ओह रोस धरना लगाया होया है। पहलां असीं इधर दिखाउणा चाहवांगे कि इस अनाज मंडी भिखीविंड अंदर किस तरह जिहड़े आ ओह खरीदी होई कणक दे जिहड़े आ अंबार लगे होए ने ते लिफ्टिंग अजे जिहड़ी आ ओह जां तां हो नहीं रही जां बहुत ही सुस्त रफ्तार दे विच चल रही आ जिस कारण आड़तीआं दीआं दुकानां अगे जिहड़ा वा ओह पूरा भी जगह नहीं आ। इधर दिखाउण दी कोशिश करांगे कि हेठां भी जिहड़ा वा ओह फड़ दे विच किधरे भी जगह नहीं आ ते जिस कारण जिहड़ा वा आड़तीआं लई वड्डी जिहड़ी आ सिरदर्दी बनी होई आ ते आड़तीआं वल्लों जिहड़ा वा इस नूं लै के खफा हो के जिहड़ा वा ओह पूरे जिहड़ा इस इलाके दे जिहड़े आ आड़ती अज मार्केट कमेटी भिखीविंड दे दफ्तर विखे जिहड़े इकट्ठे होए ने ते रोस धरना जिहड़ा वा ओह लगाया होया आ। अगे जाण के जानण दी कोशिश करदे आ, गलबात करन दी कोशिश करदे आ ते देखदे आ कि मामला की आ ते आड़तीआं नूं की मुसीबतां जिहड़ियां वा उहनां दा सामना करना पै रिहा है। तुसीं वेख रहे हो ग्राउंड रिपोर्ट टीवी न्यूज़ इंडिया ते मैं हां पिछवराज सिंह पन्नू। इत्थे इस वक्त जिहड़ा वा ओह भिखीविंड खालड़ा ते वख वख अनाज मंडियां जिस दे विच राजो के अते बासर के वगैरह दाणा मंडियां दे जा ते इस वक्त जिहड़ा वा ओह अपना जिहड़ा वा रोस प्रगट कर रहे ने। उहनां दा रोस ये है कि उहनां दीआं दुकानां दे अगों जाणी कि कणक दी सरकारी खरीद भावें हो चुकी आ लेकिन जां टेंडर कार दी ढिल है जां कि की कारण है कि उहनां दी जिहड़ी आ लिफ्टिंग नहीं हो रही इस कारण जिहड़ा मजबूरी बस जिहड़ा वा ओह अज इत्थे जिहड़ा उहनां धरना लगाया होया। इस वक्त जिहड़े आ आड़ती जिहड़े आ प्रशासन खिलाफ जिहड़ी आ ओह जबरदस्त नारेबाजी कर रहे ने ते किसे टाइम चिट्टे लीड़े पा के दुकानां ते बहण वाले आड़ती अज भुंजे बैठण लई मजबूर होए ने। इत्थे इस वक्त आड़ती बैठे ने ते आड़तीआं नाल गलबात करन दी कोशिश करदे आ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਕੀ ਮੁੱਦਾ ਆਇਆ ਜੀ ਤੇ ਕੀ ਕਿਉਂ ਤੁਹਾਨੂੰ ਇਹ ਸਮੱਸਿਆ ਪੈਦਾ ਹੋ ਗਈ ਜੀ? ਮੰਡੀਆਂ 'ਚ ਪਰਚੇਜ਼ ਜਿਹੜੀ ਆ ਉਹ 12 ਜਾਂ 13 ਤਰੀਕ ਤੋਂ ਹੋ ਗਈ ਵੱਖ ਵੱਖ ਮੰਡੀਆਂ 'ਚ, ਲੱਖਾਂ ਦੀ ਗਿਣਤੀ 'ਚ ਬੋਰੀਆਂ ਭਰੀਆਂ ਵਾ। ਹੁੰਦਾ ਕੀ ਆ ਜਦੋਂ ਪਰਚੇਜ਼ ਤੋਂ 72 ਘੰਟੇ ਦੇ ਬਾਅਦ ਜਿਹੜਾ ਟੈਂਡਰ ਕਰਾਉਂਦੇ ਉਹਨੇ ਮਾਲ ਨੂੰ ਲਿਫਟ ਕਰਨਾ ਹੁੰਦਾ, ਜੋ ਨਹੀਂ ਲਿਫਟ ਕਰਦਾ ਤਾਂ ਜਿਹੜਾ ਸੰਬੰਧਿਤ ਖਰੀਦਦਾਰ ਆ ਜਿਹਨੂੰ ਏਜੰਸੀ ਕਹਿ ਦਿੰਦੇ ਜਾਂ ਇੰਸਪੈਕਟਰ ਆ, ਉਹਨੇ ਪ੍ਰੋਟੋਕੋਲ ਦੇ ਮੁਤਾਬਕ ਉਹਨੇ ਇੱਕ ਨੋਟਿਸ ਕੱਢਣਾ ਹੁੰਦਾ, ਨੋਟਿਸ ਕੱਢਣਾ ਹੁੰਦਾ ਵੀ ਜਦ ਨਹੀਂ ਚੁੱਕਦਾ ਤਾਂ ਉਹਦਾ ਟੈਂਡਰ ਕੈਂਸਲ ਹੋਊਗਾ। ਏਜੰਸੀ ਨੇ ਟੈਂਡਰ ਜਿਹੜਾ ਵਾ ਉਹਨੂੰ ਨੋਟਿਸ ਕੱਢਤਾ, ਟੈਂਡਰਕਾਰ ਨੂੰ DFC ਨੂੰ ਪਾਵਰ ਦਿੱਤੀ, DFC ਨੇ ਅਤੇ DM ਨੂੰ ਸੱਦ ਕੇ ਕਹਿਤਾ ਵੀ ਇਹ ADC ਦੀ ਮੀਟਿੰਗ ਹੋਈ, DC ਵੀ ਇਹ ਟੈਂਡਰ ਕੈਂਸਲ ਕਰ ਦਿਉ, ਅੱਜ 7 ਦਿਨ ਹੋ ਗਏ ਇੱਕ ਵੀ ਬੋਰੀ ਕਿਸੇ ਮੰਡੀ 'ਚੋਂ ਚੁਕਾਈ ਨਹੀਂ ਹੋਈ। ਮਸਲਾ ਹੁਣ ਇੱਥੇ ਆ ਕੇ ਅੜ ਗਿਆ ਵਾ, ਕੱਲ੍ਹ ਇਹਨਾਂ ਨੇ ਕਹਿਤਾ ਵੀ ਆਹ ਚਿੱਠੀ ਬਣ ਗਿਆ DC ਕੋਲ ਚਲੀ ਗਈ, DC ਦੇ ਉੱਪਰ ਪਤਾ ਨਹੀਂ ਕੀ ਪ੍ਰੈਸ਼ਰ ਗਿਆ, ਉਹਨੇ ਆਪਣੀਆਂ ਪਾਵਰਾਂ ਜਿਹੜੀਆਂ ADC ਨੂੰ ਦਿੱਤੀਆਂ ਵੀ ਕੈਂਸਲ ਕਰ ਦਿਉ। ADC ਸਾਹਿਬ ਨੇ ਅੱਜ ਸਾਰੀਆਂ ਮੰਡੀਆਂ ਦੀ ਮੀਟਿੰਗ ਲਾਈ ਆ, ਮਾਰਕੀਟ ਕਮੇਟੀ ਭਿੱਖੀਵਿੰਡ ਆਏ ਆ, ਕੋਲ ਇਹਨਾਂ ਦੇ ਫਾਈਲਾਂ ਵਾ, ਉਹ ਆੜਤੀਆਂ ਨੂੰ ਦਬਾ ਰਿਹਾ ਵੀ ਤੁਸੀਂ ਮਾਲ ਚੁੱਕੋ ਜਾਂ ਟੈਂਡਰਕਾਰ ਚੁੱਕੂਗਾ, ਜਦੋਂ ਕਿ ਟੈਂਡਰਕਾਰ ਕੋਲ ਗੱਡੀ ਨਹੀਂ, ਨਾਲ ਆਉਂਦੇ ਆ ਵੀ ਅਸੀਂ ਨਹੀਂ ਤਾਂ ਲਾਇਸੈਂਸ ਕੈਂਸਲ ਕਰ ਦਾਂਗੇ। ਸਾਡਾ ਮਕਸਦ ਇਹ ਆ ਵੀ ਜਿਹੜਾ ਮਾਲ ਖਰਾਬ ਹੋ ਗਿਆ, ਜਿਹੜਾ ਭਰਿਆ ਵਾ, ਇਹਦਾ ਜਿਹੜਾ ਵਾ ਇਹਨੂੰ ਚੁਕਾਓ, ਜੇ ਨਹੀਂ ਚੁੱਕਦਾ ਤਾਂ ਉਹਦਾ ਕੈਂਸਲ ਕਰੋ, ਨਵਾਂ ਆੜਤੀ ਜਿਹੜਾ ਜਿਹਨੂੰ ਟੈਂਡਰ ਦੇਣਾ ਦਿਓ, ਅਸੀਂ ਨਹੀਂ ਕੋਈ ਚੁੱਕਣ ਦੇ ਸ਼ੌਂਕਦਾਰ ਹੈਗੇ। ਹਾਂ ਜੇ ਅਸੀਂ ਸਾਨੂੰ ਕੋਈ ਚੁਕਾਉਂਦੀ ਹੈ ਜ਼ਿੰਮੇਵਾਰੀ ਦਿੰਦੀ ਉਹਨਾਂ ਰੇਟਾਂ 'ਤੇ ਤਾਂ ਅਸੀਂ ਮਾਲ ਚੱਕ ਦਾਂਗੇ ਸਰਕਾਰ ਦਾ, ਪਰ ਸਾਨੂੰ ਧਮਕਾਉਂਦੇ ਆ। ਹੁਣ ਅੰਦਰ ਬੈਠੇ ਆ ਕੋਈ, ਸਾਡਾ ਜਵਾਨ ਸਾਨੂੰ 7-8 ਵਜੇ ਦੇ 'ਚ ਆ ਕੇ ਬੈਠੇ ਹਾਂ, ਹੁਣ ਇੱਥੋਂ ਜਾ ਰਹੇ ਸੀ, ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਆੜਤੀਆਂ ਪੱਲੇਦਾਰ ਸਾਰੇ ਵੀ, ਸਾਨੂੰ ਕੋਈ ਜਵਾਬ ਦੇ ਕੇ ਜਾਓ। ਉੱਤੋਂ ਬਾਰਿਸ਼ ਹੋ ਗਈ, ਕੌਣ ਜ਼ਿੰਮੇਵਾਰ ਹੈ ਮਾਲ ਦਾ? ਅੱਛਾ ਜੀ, ਤੁਸੀਂ ਇੱਕ ਤੁਹਾਨੂੰ ਦੱਸਿਓ ਜੇ ਇਹ ਜਿਹੜਾ ਟੈਂਡਰ ਕਾਰ ਆ ਉਹ ਹੈ ਕੌਣ ਆ ਉਹਦੇ ਬਾਰੇ? ਇਹਦੇ ਵਿੱਚ ਵੱਖ ਵੱਖ ਇੱਕ ਗੁਰਮੁਖ ਸਿੰਘ ਬਲੇਰ, ਇੱਕ ਕੋਈ ਚੋਪੜਾ ਵਾ, ਕਿਸੇ ਦੋਰ ਮੰਡੀਆਂ ਕਲੱਸਟਰ ਬਣੇ ਆ, ਕਲੱਸਟਰ ਦੇ ਵਿੱਚ 5-5, 6-6 ਮੰਡੀਆਂ, ਉਹ ਹਿਸਾਬ ਨਾਲ ਟੈਂਡਰ ਦਿੱਤੇ ਆ। ਉਹਨਾਂ ਉਹ ਬੰਦੇ ਆ ਹੀ ਨਹੀਂ ਰਹੇ ਗੱਡੀਆਂ, ਕਿਸੇ ਗੱਡੀ ਹੈ ਹੀ ਨਹੀਂ ਜੀ। ਯਾਨੀ ਕਿ ਤੁਹਾਡਾ ਕਹਿਣ ਦਾ ਭਾਵ ਆ ਵੀ ਟੈਂਡਰ ਲੈ ਲਏ ਆ ਲੇਕਿਨ ਟਰੱਕ ਉਹਨਾਂ ਦੇ ਕੋਲ ਕੋਈ ਨਹੀਂ? ਟੈਂਡਰ ਲੈ ਲਿਆ, ਘੁੜਕਾ ਵੀ ਨਹੀਂ ਗਾ, ਘੁੜਕਾ ਵੀ ਨਹੀਂ ਜੇ। ਅਤੇ ਫਿਰ ਉਹਨਾਂ ਦੇ ਇਹ ਵੀ ਆ ਵੀ ਪਿਛਲਾ ਜਿਹੜਾ ਆੜਤੀਆਂ ਨੇ ਮਾਲ ਢੋਇਆ ਸੀ ਪਿਛਲੇ ਸਾਲ ਦਾ, ਲੱਖਾਂ ਰੁਪਈਆਂ ਦੀ ਜਿਹੜੀ ਆ ਬਕਾਇਆ ਪੇਮੈਂਟ, ਖਾਲੜਾ ਮੰਡੀ ਆ, ਭਿੱਖੀਵਿੰਡ ਆ, ਮਾਂ ਤਾਰਾ ਸਿੰਘ ਆ ਜਾਂ ਸੁਰ ਸਿੰਘ ਆ, ਬੈਂਕਾ ਵਾ, ਦਿਆਲਪੁਰਾ ਵਾ, ਇੱਕ ਚੈੱਕ ਆ ਪਿਆ, ਦਿਖਾਇਓ ਜੀ ਚੈੱਕ। ਚੈੱਕ ਦਿੱਤੇ ਆ 1.5 ਪਾ ਕੇ, ਰੱਦੀ ਚੱਕ ਨੇ ਉਹ, ਕੋਈ ਚੈੱਕ ਦਾ ਪੇਮੈਂਟ ਨਹੀਂ ਹੋ ਰਹੀ। ਯਾਨੀ ਤੁਹਾਡਾ ਕਹਿਣ ਦਾ ਭਾਵ ਵੀ ਜੇ ਤੁਸੀਂ ਪਿਛਲੀ ਵਾਰੀ ਪੇਮੈਂਟ ਢੋਆ ਢੁਆਈ ਕਰਦੇ ਆ ਤੁਹਾਨੂੰ ਪੈਸਾ ਨਹੀਂ ਮਿਲਿਆ? ਸਾਨੂੰ ਪੈਸਾ ਨਹੀਂ ਮਿਲਿਆ, ਵੱਖ ਵੱਖ ਮੰਡੀਆਂ ਦੇ ਮਸਲੇ ਆ ਜੀ। ਉਹ ਚੈੱਕ ਉਹ ਦਿੱਤੇ ਆ,
इस कलस्टर कितनियां मंडियां जी खालड़ा कलस्टर जिन्ना खालड़ा वा एक कलस्टर नौ नौ मंडियां वा करीब करीब होंदियां कोई नौ मंडियां है मार्केट भिखी पिंड आ नहीं जी मार राजो कि खेमगढ़ आँदी आ पर कलस्टर टेंडर करता वह आ खालड़े दे नाल खालड़ा वा माड़ी मेगा वा मां तारा सिंह आ राजो के आ होर भी कोई सकती है इदा ही वक्रिया वक्रिया जी पर टेंडर कार कोई गड्डी नहीं उल्टा दबा हो रहा सियासी प्रेशर ना प्रशासन आया पिया वा सत श्री अकाल जी सत श्री अकाल जी सत श्री अकाल धरना ला के बैठे जे की मुसीबत पै गई मुसीबत इहो जी टोआ टवाई दिया वेखो तुहाडे सामने चक्के लगे पए आ ते कोई चुकन नहीं दिया 72 घंटे छड के अज 8 9 दिन हो गए आ जिहड़ा कोई चकाई नहीं हो रही उत्तों मौसम खराब आ ते मौसम नाल कणक खराब हो सकदी नहीं होनी आ फिर ये भी आड़ती पै जाती है वक् वक् मंडियां च आ चार चक जे 4,40,000 दे मंडी आ एक चक जे वक् वक् तरीकां पईआं इह कोई कैश ने नाल उल्टा कह रहा एडीसी भी इह तुहाडे रद्दी हो गए जे इह नहीं तुहानूं मिलने धमकी आ के एडीसी दी आड़तियां नूं पेड़ा चक लै आए भुल जाओ मिट्टी हो जाणगे ਸਾਡਾ ਕੀ ਕਸੂਰ ਅਸੀਂ ਤਾਂ ਮਾਲ ਭਰਿਆ ਅਸੀਂ ਤਾਂ ਇੱਕ ਕਮਿਸ਼ਨ ਏਜੰਟ ਹਾਂ 45 ਰੁਪਏ ਸਾਨੂੰ ਦਾਮੀ ਮਿਲਣੀ ਸਾਡਾ 2.5% ਕਮਿਸ਼ਨ ਨਹੀਂ ਜਾਗਾ ਕੋਈ ਅਤੇ ਉਲਟੇ ਸਾਨੂੰ ਹੋਰ ਇੱਕ ਡਰਾ ਧਮਕਾਇਆ ਜਾ ਰਿਹਾ ਅਸੀਂ ਉਹਨਾਂ ਦਾ ਅਸੀਂ ਸਰਕਾਰ ਦਾ ਫਿਰ ਵੀ ਸਾਥ ਦੇਣ ਨੂੰ ਤਿਆਰ ਹਾਂ ਵੀ ਮਾਲ ਚੱਕਦੇ ਨੇ ਪਰ ਉਹਨਾਂ ਰੇਟਾਂ ਚੱਕਾਂਗੇ ਜੋ ਰੇਟ ਪ੍ਰਮਾਣਿਤ ਕੀਤੇ ਸਰਕਾਰ ਨੇ ਪਹਿਲਾਂ ਪਰ ਟੈਂਡਰ ਜਿਹੜਾ ਉਹ ਆੜਤੀਆਂ ਦਾ ਹੋਵੇ ਹਾਂਜੀ ਦੇਖੋ ਸਾਰੇ ਅੱਜ ਆੜਤੀਏ ਲਿਫਟਿੰਗ ਦੇ ਮਸਲੇ ਦੇ ਵਿੱਚ ਭਿੱਖੀਵਿੰਡ ਮੰਡੀ ਵਿੱਚ ਏਡੀਸੀ ਸਾਹਿਬ ਦੇ ਸੱਦੇ 'ਤੇ ਸਾਰੇ ਆਏ ਆ ਅੱਗੋਂ ਏਡੀਸੀ ਸਾਹਿਬ ਇਹ ਕਹਿ ਰਹੇ ਆ ਵੀ ਜਿਹੜਾ ਪਿਛਲੇ ਤੁਸੀਂ ਆੜਤੀਆਂ ਨੇ ਪੈਸੇ ਲੈਣੇ ਉਹ 'ਤੇ ਮਾਰ ਲਓ ਲਕੀਰ ਅਤੇ ਨਵਾਂ ਜਿਹੜਾ ਉਹ ਮਾਲ ਚੁੱਕੋ ਨਵਾਂ ਮਾਲ ਚੁੱਕਣ ਨੂੰ ਅਸੀਂ ਤਿਆਰ ਹਾਂ ਪਰ ਉਹਦੀ ਜ਼ਿੰਮੇਵਾਰੀ ਤਾਂ ਕੋਈ ਲਵੇ ਕੋਈ ਲਿਖਤੀ ਮੈਡਮ ਨੂੰ ਇਹ ਆ ਵੀ ਸਾਨੂੰ ਲਿਖਤੀ ਦੇ ਦਿਓ ਵੀ ਅਸੀਂ ਤੁਹਾਨੂੰ ਪੈਸੇ ਦਿਆਂਗੇ ਸਾਨੂੰ ਲਿਖਤੀ ਦੇਣ ਨੂੰ ਵੀ ਤਿਆਰ ਨਹੀਂ ਗੇ ਆਉਂਦੇ ਜ਼ਬਾਨੀ ਗੁਲਾਮੀ ਤੁਸੀਂ ਕਰੋ ਜ਼ਬਾਨੀ ਗੁਲਾਮੀ ਤਾਂ ਪਿਛਲੀ ਵਾਰ ਦੇ ਚੈੱਕ ਲੈਣੀ ਅਜੇ ਤੱਕ ਪਾਸ ਹੋ ਰਹੇ ਅਤੇ ਜ਼ਬਾਨੀ ਗੁਲਾਮੀ ਕਿਤਨਾ ਆੜਤ ਕੇ ਸੁੱਟ ਦੇਣੀ ਇੱਥੇ ਸੇਵਾ ਤਾਂ ਕਰਨ ਦਾ ਕੋਈ ਮੌਕਾ ਨਹੀਂ ਗਾ ਸਾਰੇ ਭਰਾਵਾਂ ਨੇ ਦੱਸਿਆ 45 ਰੁਪਏ 45 ਜਾਂ 25 ਤਾਂ ਸਾਡੇ ਹੁਣੇ ਖਰਚਾ ਗਏ 7 ਰੁਪਈਏ ਕੁਇੰਟਲ ਕੱਟਾ ਜਿਹੜਾ ਚੱਕੇ ਲੱਗੇ ਇਹਨੂੰ ਵਿਖਾਓ ਆੜੇ ਚੱਕੇ ਅਸੀਂ ਲਾਏ ਆ ਇਹ ਚੱਕੇ ਦੇ 7 ਰੁਪਈਏ ਕੁਇੰਟਲ ਦੇ ਲਾ ਕੇ ਲੇਬਰ ਨੂੰ ਜਿਹੜੇ ਉਹ ਚੱਕੇ ਲਵਾਏ ਆ 7 ਰੁਪਈਏ ਦੇ ਸਾਡੇ ਪਹਿਲਾਂ ਜੁੜੇ ਫਿਰ ਜਿਹੜੀ ਸ਼ੋਰਟੇਜ ਆਉਣੀ ਆ ਸ਼ੋਰਟੇਜ ਵੱਖਰੀ ਲੈਣੀ ਆ ਤਾਂ ਆੜਤੀਏ ਦੀ ਧੌਣ 'ਚ ਤਾਂ ਗੂਠਾ ਪੂਰਾ ਰੱਖਦੇ ਆ ਵੀ ਕਿਤੇ ਕਿਲੋ ਵੀ ਕਿਤੇ ਕੁੜੀ ਆ ਵੀ ਗੱਡੀ ਕੱਢੇ ਤਾਂ ਕਿਲੋ ਵੀ ਇਹਨਾਂ ਲੈਣੀ ਆ ਅਤੇ ਹੁਣ ਜਿਹੜਾ ਟੈਂਡਰ ਕਰ ਰਿਹਾ ਹੁਣ ਏਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਅਸੀਂ ਇਹ ਧੌਣ ਦੇ ਸਾਰੇ ਇਕੱਠੇ ਕਰ ਟੈਂਡਰ ਕਰ ਨੂੰ ਨਹੀਂ ਆਉਂਦੇ ਵੀ ਤੂੰ ਗੱਡੀਆਂ ਲੈ ਕੇ ਆ ਆਉਂਦੇ ਆ ਮੈਂ ਡੀਡੀਓ ਨੂੰ ਆਉਂਦਾ ਡੀਡੀਓ ਸਾਰੀਆਂ ਗੱਡਾਂ ਉਹ ਜਸ ਗੱਡੀਆਂ ਵਾਲਿਆਂ ਦਾ ਪਰਿਵਾਰ ਨਹੀਂ ਗਾ ਧੱਕੇ ਨਾਲ ਲਿਆ ਕੇ ਤੇਲ ਪਵਾ ਕੇ ਅਤੇ ਮਾਲ ਢਵਾ ਕੇ ਲਾ ਦੱਸੋ ਆਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੇਖੋ ਸਾਡੇ ਨਾਲ ਗੁਰਬਾਜ ਸਿੰਘ ਰਾਜੋਕੇ ਵੀ ਇਸ ਵਕਤ ਬੈਠੇ ਹੋਏ ਆ ਉਹ ਆਪਣਾ ਧਰਨਾ ਲਗਾ ਕੇ ਆਪਣੇ ਹੱਕਾਂ ਦੀ ਖਾਤਰ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਕੀ ਮੁਸੀਬਤ ਪੈ ਗਈ ਆ ਕਿ ਧੁੱਪ 'ਚ ਬੈਠੇ ਜੇ ਮੁਸੀਬਤ ਵੇਖ ਲਓ ਤੁਸੀਂ ਟੈਂਡਰ ਕਾਰ 13 ਤਰੀਕ ਦੀ ਜੀ ਖਰੀਦ ਪਈ ਅੱਜ 21 ਤਰੀਕ ਹੋ ਚੁੱਕੀ ਆ ਅਤੇ ਉਸ ਤੋਂ ਬਾਅਦ ਇਹਨੇ ਇੱਕ ਵੀ ਤੋੜਾ ਕਿਸੇ ਵੀ ਮੰਡੀ ਦੇ ਵਿੱਚ ਮੰਨ ਲਓ ਲਿਫਟਿੰਗ ਨਹੀਂ ਹੋਈ ਇਹਦੇ ਕੋਲ ਜਿਹੜੀਆਂ 3-4 ਗੱਡੀਆਂ ਹੈ ਕਦੀ ਉਹ ਅਮਰਕੋਟ ਲੈ ਜਾਂਦਾ ਹੈ ਕਦੀ ਉਹ ਭਿੱਖੀਵਿੰਡ ਲੈ ਜਾਂਦਾ ਕਦੀ ਮਾੜੀ ਮੇਘੇ ਲੈ ਜਾਂਦਾ ਹੈ ਕਦੀ ਰਾਜੋਕੇ ਮੈਨੂੰ ਦੱਸੋ ਵੀ 1,00,000 ਬੋਰੀ ਜਿਹੜੀ 64 ਟਰੱਕਾਂ ਨਾਲ ਟੋਲੂਗਾ ਸਰਕਾਰ ਅਸੀਂ ਚਿੱਠੀਆਂ ਕੱਢੀਆਂ DC ਸਾਹਿਬ ਨੂੰ ਮਿਲੇ ਉਹਨਾਂ ਕਿਹਾ ਵੀ ਤੁਹਾਡੇ ਨਾਂ ਅਸੀਂ ਟੈਂਡਰ ਕਰ ਦਿੰਦੇ ਹਾਂ ਅੱਜ ਤੱਕ ਉਹਨਾਂ ਨੇ ਸਾਨੂੰ ਸਾਈਨ ਕਰਕੇ ਲਿਖਤੀ ਦਿੱਤਾ ਹੀ ਨਹੀਂਗਾ ਰਿਟਰਨ 'ਚੋਂ ਦੇ ਨਹੀਂ ਰਹੇ ਅਤੇ ਅਸੀਂ ਦੱਸੋ ਹੁਣ ਕੀ ਜ਼ਿੰਮੇਵਾਰੀ ਇਹਦੀ ਕਰੀਏ ਕੱਚੀ ਸਾਡੀ ਮੰਡੀ ਤੁਸੀਂ ਵੇਖੀ ਆ ਕੀ ਹਾਲ ਹੋਏ ਉੱਥੇ ਘੱਟਾ ਕਿੰਨਾ ਹੈ ਬੁਰਾ ਹਾਲ ਉੱਥੇ ਹੋਇਆ ਪਿਆ ਇਸ ਕਰਕੇ ਅਸੀਂ ਤਾਂ ਮਜਬੂਰੀ ਨਾਲ ਇੱਥੇ ਬੈਠੇ ਹਾਂ ਰਾਜੋਕੇ ਸਾਹਿਬ ਜੇਕਰ ਮੰਨ ਲਓ ਗੱਲ ਕੀਤੀ ਜਾਵੇ ਜਿਵੇਂ ਕਹਿੰਦੇ ਆ ਵੀ 15 ਸਾਲ ਤੋਂ ਉਹੀ ਟੈਂਡਰ ਕਾਰ ਚੱਲਿਆ ਆਉਂਦਾ ਕੀ ਕਾਰਨ ਆ ਦੂਜੇ ਬੰਦੇ ਟੈਂਡਰ ਨਹੀਂ ਭਰਦੇ ਕਿ ਜਾਂ ਮਤਲਬ ਦੂਜਿਆਂ ਨੂੰ ਮਿਲਦਾ ਨਹੀਂ ਆ ਦੂਜੇ ਬੰਦੇ ਦਫਸਲੇ ਨਹੀਂ ਹੁੰਦੇ ਇਹਦੇ ਆਖੂ ਇਹ ਜੇ ਅਕਾਲੀ ਦਲ ਦੀ ਸਰਕਾਰ ਅਤੇ ਅਕਾਲੀ ਦਲ ਜੇ ਸੁਖਪਾਲ ਭੁੱਲਰ ਬਣਿਆ ਤਾਂ ਸੁਖਪਾਲ ਭੁੱਲਰ ਦੀ ਹਵੇਲੀ 'ਚ ਅੱਜ ਇਹ ਸਰਵਣ ਧੁੰਨ ਦੀ ਗੱਡੀ ਚਲਾਉਂਦਾ ਸਿਆਸੀ ਸਕੱਤਰ ਤੋਂ ਇਹ ਡਰਾਈਵਰ ਬਣ ਗਿਆ ਇਹਦੀ ਇਹ ਪੋਜੀਸ਼ਨ ਹੋ ਗਈ ਆ ਸਿਆਸੀ ਸਕੱਤਰ ਤੋਂ ਡਰਾਈਵਰੀ 'ਤੇ ਆ ਗਿਆ ਹੈ ਲੋਕ ਇਹਨਾਂ ਨੇ ਇਹ ਹਾਲ ਲੋਕਾਂ ਦਾ ਕਰ ਘੱਤਿਆ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਵੱਖਰਾ ਬਦਲਾ ਲਿਆਊਂਗਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਰਿਹਾ ਹਾਂ ਰਹੂੰਗਾ ਪਰ ਜਿਹੜਾ ਉਹਨਾਂ ਨੇ ਬਦਲਾ ਲਿਆਂਦਾ ਮੈਂ ਵੀ ਇਹ ਗੱਲ ਨਾਲ ਮੈਂ ਵੀ ਬੜਾ ਖੁਸ਼ ਹਾਂ ਵੀ ਛੈਂਦ ਵੀ ਬੜੇ ਚਿਰ ਦੀ ਇਹ ਨਾ ਪਿੱਟ ਸਿਆਪੇ ਪਏ ਜਿਹੜੇ ਆ ਉੱਥੇ ਚੱਲੀ ਆਉਂਦੇ ਸੀ ਪਰ ਉਹ ਭਾਟੀਆ ਸਾਹਿਬ ਉਹ ਹੀ ਜੋ ਪਿਛਲਾ ਸੀ ਉਹ ਹੀ ਫੇਰ ਹੋਣ ਡਿਆ ਪਿਆ ਪ੍ਰਧਾਨ ਜੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਤੁਸੀਂ ਛਪਾਈ ਜੇ ਅਤੇ ਉਹ ਟੈਂਡਰਕਾਰ ਆਉਂਦਾ ਵੀ ਮੈਂ ਵੀ ਅਕਾਲੀ ਦਲ ਦਾ ਛਪਾਈ ਹਾਂ ਉਹ ਜਿਹੜਾ ਵਾ ਸ਼ੁਰੂਆਤ ਤੁਸੀਂ ਕੀਤੀ ਆ ਬਿਲਕੁਲ ਉਹ ਅਕਾਲੀ ਆ ਪੱਟੀ 'ਚ ਅਕਾਲੀ ਆ ਖੇਮਕਰਨ 'ਚ ਕਾਂਗਰਸੀ ਆ ਜੇ ਨਹੀਂ ਤੁਹਾਨੂੰ ਪਤਾ ਤਾਂ ਦੱਸੋ ਨਹੀਂ ਤਾਂ ਫਿਰ ਗੁੱਸਾ ਕਰ ਪਾਰਟੀ ਤਾਂ ਉਹ ਤੁਹਾਡੀ ਦਾ ਛਪਾਈ ਆ ਤਾਂ ਉਹਦੇ ਸਗੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੜਨਾ ਚਾਹੀਦਾ ਵਾ ਵੀ ਇੱਕ ਅਕਾਲੀ ਬੰਦਾ ਜਿਹੜਾ ਉਹ ਟੈਂਡਰ ਲੈ ਗਿਆ ਅੱਜ ਇੱਥੇ ਜਿੰਨੇ ਬੈਠੇ ਆ ਆਮ ਪਾਰਟੀ ਵੀ ਬੈਠੀ ਆ ਅਕਾਲੀ ਵੀ ਬੈਠੇ ਆ ਕਾਂਗਰਸ ਵੀ ਬੈਠੀ ਆ ਕਾਮਰੇਡ ਵੀ ਬੈਠੇ ਆ
ਜਾਨੀ ਕਿ ਮਸਲਾ ਜਿਹੜਾ ਪਾਰਟੀ ਦਾ ਨਹੀਂ ਆ ਉਹ ਮਸਲਾ ਆੜ੍ਹਤੀਆਂ ਦਾ ਇਹ ਸਾਡੇ ਰੋਟੀ ਦਾ ਮਸਲਾ ਸਾਡੇ ਹਿੱਤਾਂ ਦਾ ਮਸਲਾ ਸਾਨੂੰ ਕਿਸੇ ਪਾਰਟੀ ਨੇ ਕੁਛ ਨਹੀਂ ਦੇਣਾ ਮੰਨ ਲਓ ਇਹ ਕੋਈ ਅਹੁਦੇਦਾਰੀਆਂ ਦੇ ਦੂਗਾ ਕੋਈ ਮਾਣ ਸਨਮਾਨ ਦੇ ਦੂਗਾ ਕੋਈ ਵੱਖਰੀ ਗੱਲ ਆ ਪਾਰਟੀਆਂ ਦਿੰਦੀਆਂ ਹੀ ਉਹ ਦਿੰਦੀਆਂ ਰਹਿਣਗੀਆਂ ਪਰ ਜਿੱਥੇ ਰੋਟੀ ਖਾਣੀ ਉਹ ਤਾਂ ਆਪਣਾ ਘਰੋਂ ਖਾਣੀ ਹੈ ਨਾ ਅਤੇ ਜੇ ਖਰਚੇ ਕਰਨੇ ਆ ਪਾਰਟੀ ਲਈ ਤਾਂ ਅਸੀਂ ਆਪਦੀਆਂ ਜੇਬਾਂ 'ਚੋਂ ਕਰਦੇ ਹਾਂ ਅਸੀਂ ਠੱਗੀਆਂ ਮਾਰ ਕੇ ਨਹੀਂ ਕਰਦੇ ਪ੍ਰਧਾਨ ਜੀ ਚਲੋ ਠੀਕ ਆ ਤੁਹਾਡਾ ਧਰਨਾ ਬਿਲਕੁਲ ਜਾਇਜ਼ ਹੈ ਅਤੇ ਅਸੀਂ ਵੀ ਮਤਲਬ ਤੁਹਾਡੀ ਆਵਾਜ਼ ਉਠਾਉਣ ਲਈ ਆਏ ਹਾਂ ਪਰ 10 ਸਾਲ ਜਿਹੜੀ ਆ ਸ਼ੁਰੂਆਤ ਟੈਂਡਰ ਦੇ ਕੇ ਉਸ ਟੈਂਡਰ ਕਾਰ ਨੂੰ ਤੁਸੀਂ ਹੀ ਕੀਤੀ ਸੀਗੀ ਅਕਾਲੀ ਦਲ ਦੇ ਟਾਈਮ 'ਤੇ ਵੀ ਕੱਲ੍ਹ ਇਹੀ ਟੈਂਡਰ ਕਾਰ ਪਿਛਲੇ 5 ਸਾਲ ਕੈਪਟਨ ਸਰਕਾਰ ਸੀ ਇਹੋ ਟੈਂਡਰ ਕਾਰ ਇਹਦੋਂ ਬਾਅਦ ਆਮ ਪਾਰਟੀ ਆ ਗਈ ਆ ਜਿਹਦੇ ਨਹੀਂ ਟੈਂਡਰ ਕਾਰ ਉਹ ਤਾਂ ਤਾਂ ਕਹਿ ਦਿਓ ਬਦਲਾਅ ਕੀ ਹੋਇਆ ਬਦਲਾਅ ਦੱਸੋ ਮੈਨੂੰ ਕੀ ਇਹ 'ਚ ਠੀਕ ਆ ਜੀ ਮੈਂ ਘਰਿਆਲਾ ਮੰਡੀ ਤੋਂ ਆਇਆ ਅਕਾਰ ਸਿੰਘ ਸਾਡੀ ਇਹ ਰਿਕੁਐਸਟ ਆ ਵੀ ਜਿਹੜਾ ਟੈਂਡਰ ਆ ਜਦੋਂ ਅਸੀਂ ਜਾਂਦੇ ਹਾਂ FC DSP ਕੋਲ ਜਾਂ ADC ਕੋਲ ਉਹ ਕਹਿੰਦੇ ਨੇ ਕਿ ਟੈਂਡਰ ਪਿਛਲੀ ਸਰਕਾਰ ਕਰ ਗਈ ਆ ਜਿਹੜਾ ਟੈਂਡਰ ਆ ਅੱਜ ਇਹ ਟੈਂਡਰ ਦਾ ਹੀ ਕੈਲਕੂਲੇਸ਼ਨ ਕਰਕੇ ਵੇਖ ਲਓ 17 ਜਾਂ 18 ਰੁਪਈਏ ਬਣਦਾ ਅਤੇ ਅੰਡਰ ਲੋਡ ਗੱਡੀ ਜਾਣੀ ਆ ਜਿਹਦੇ ਵਿੱਚ 800 ਰੁਪਈਆ ਤੇਲ ਲਾ ਲਓ ਘੱਟ ਤੋਂ ਘੱਟ ਵੀ ਅਤੇ 550 ਰੁਪਈਆ ਡਾਲਾ ਬਣਦਾ ਅਤੇ ਡਰਾਈਵਰ ਬਿਲਕੁਲ ਆਪਦੇ ਕੋਲੋਂ ਰੋਟੀ ਖਾ ਕੇ ਫਿਰ ਪੱਲਾ ਪੂਰਾ ਹੋ ਸਕਦਾ ਕਿਹੜਾ ਫ੍ਰੀ ਦੇ ਵਿੱਚ ਗੱਡੀ ਲਾਵੇਗਾ ਕਿਤਨਾ ਕਰੇਗਾ ਜੇ ਹੁਣ ਅਸੀਂ ਜਿਹੜੇ ਆੜ ਤੇ ਮੰਗਣ ਡਿਆ ਵੀ ਸਾਨੂੰ ਦੇ ਦਿਓ ਸਾਡਾ ਕਹਿਣ ਦਾ ਮਤਲਬ ਐਰਕੀ ਆਪਦੇ ਕੋਲੋਂ ਅੱਗੇ ਵੀ ਪਾਉਣੇ ਐਰਕੀ ਪਾ ਕੇ ਗਾਂਹ ਦਾ ਕੋਈ ਮਤਲਬ ਸਿੱਧਾ ਹੋ ਜਾਵੇ ਪਰ ਇਹ ਸਰਕਾਰ ਜਿਹੜੀ ਆ ਉਹ ਦਬਾਅ ਪਾ ਕੇ ਕਹਿੰਦੀ ਆ ਵੀ ਤੁਸੀਂ ਟੈਂਡਰ ਧੋਵੋ ਅਤੇ ਪੈਸੇ ਜਿਹੜੇ ਆ ਉਹ ਜਿਹੜਾ ਟੈਂਡਰਕਾਰ ਹੈ ਉਹਨੂੰ ਮਿਲਣਗੇ ਉਹਨੂੰ ਪੈਣਗੇ ਪੈਸੇ ਫਿਰ ਉਹਨੂੰ ਢਵਾ ਲਓ ਸਾਡੇ ਤੋਂ ਕੋਈ ਸਾਡੇ ਬਾਤ ਦੀ ਗੱਲ ਨਹੀਂ ਗੀ ਕਿਉਂਕਿ ਸਰਕਾਰ ਜਿਹੜੀ ਆ ਉਹ ਇਹਨਾਂ ਟੈਂਡਰਕਾਰਾਂ ਨਾਲ ਹਰ ਇੱਕ ਨਾਲ ਮਿਲੀ ਆ ਅਸੀਂ ਇਹ ਕਹਿ ਦਈਏ ਵੀ ਸਰਕਾਰ ਦਾ ਵੀ ਕਸੂਰ ਆ ਕਿਸਾਨ ਦਾ ਕਸੂਰ ਤਾਂ ਆ ਜੇ ਇਹਨਾਂ ਟੈਂਡਰ ਕੀਤੇ ਹੋਣ ਤਾਂ ਉਹਦਾ ਮੁੱਕਰਦੇ ਆ ਵੀ ਟੈਂਡਰ ਤਾਂ ਪਿਛਲੀ ਸਰਕਾਰ ਨੇ ਕੀਤੇ ਆ ਹੁਣ ਇਹ ਕੈਂਸਲ ਤਾਂ ਕਰ ਸਕਦੇ ਨਾ ਅਸੀਂ ਸਾਰੇ ਲੈਟਰ ਦੇ ਦਿੱਤੇ ਆ ਸਾਰਾ ਕੁਝ ਕਰਤਾ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਆ ਅਤੇ ਹੁਣ ਇਹ ਕਹਿੰਦੇ ਆ ਵੀ ਨਹੀਂ ਅਸੀਂ ਦੂਜਾ ਤੁਸੀਂ ਵਧੋ ਬੈਠੋ ਇਹ ਤਾਂ ਬਹੁਤ ਕਹਿਣ ਦਾ ਭਾਵ ਹੈ ਕਿ ਇਹ ਟੈਂਡਰ ਜਿਹੜੇ ਸੀ ਟੈਂਡਰ ਕਾਰ ਨਾ ਪਿਛਲੀ ਸਰਕਾਰ ਵੇਲੇ ਹੋਏ ਆ ਅਤੇ ਘੱਟ ਰੇਟ 'ਚ ਹੋਏ ਆ ਬਿਲਕੁਲ ਘੱਟ ਰੇਟ ਦੇ ਵਿੱਚ ਹੋਏ ਆ ਜੇਕਰ ਤੁਸੀਂ ਢੋਂਦੇ ਜੇ ਤਾਂ ਤੁਹਾਨੂੰ ਉਸ ਰੇਟ 'ਚ ਤੁਹਾਨੂੰ ਘਾਟਾ ਪਏਗਾ ਬਿਲਕੁਲ ਘਾਟਾ ਪਏਗਾ ਅੱਜ ਅਸੀਂ ਘਰਿਆਲੇ ਮੰਡੀ ਤੋਂ ਜੇ ਸੋਮਾਂ ਦੇ ਵਿੱਚ ਜਾਂਦੇ ਹਾਂ 8 ਰੁਪਈਏ ਅਸੀਂ ਕੋਲੋਂ ਦੇਈਏ ਅਤੇ ਤਾਂ ਸਾਡਾ ਉਹ ਟਰੈਕਰ ਭਾਵੇਂ ਲੈ ਕੇ ਮਾਲ ਚੁੱਕ ਕੇ ਲੈ ਜੇ ਅਤੇ ਦੱਸੋ ਇਹ ਜਿਹੜੇ 8 ਰੁਪਈਏ ਅਸੀਂ ਕੋਲੋਂ ਪਾਵਾਂਗੇ ਉਹ ਕਿੱਧਰ ਜਾਣਗੇ ਠੀਕ ਹੈ ਜੀ ਅਸੀਂ ਗੱਲਬਾਤ ਪ੍ਰਸ਼ਾਸਨ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵਕਤ ADC ਜਿਹੜੇ ਤਰਨ ਤਾਰਨ ਤੋਂ ਪੁੱਜੇ ਹੋਏ ਸੀਗੇ ਅਤੇ ਉਹ ਗੱਲਬਾਤ ਕਰਨ ਲਈ ਆੜ੍ਹਤੀਆਂ ਦੇ ਨਾਲ ਆਏ ਸੀ ਪਰ ਆੜ੍ਹਤੀਆਂ ਨਾਲ ਗੱਲਬਾਤ ਦੇ ਸਿਰੇ ਨਹੀਂ ਚੜ੍ਹ ਸਕੀ ਆੜ੍ਹਤੀਆਂ ਦਾ ਦੋਸ਼ ਹੈ ਕਿ ਉਹ ਜਿਹੜੇ ਆ ਉਹ ਸਾਨੂੰ ਨਿਆਂ ਨਹੀਂ ਦੇ ਰਹੇ ਅਤੇ ਜਿੰਨਾ ਚਿਰ ਸਾਨੂੰ ਜਿਹੜਾ ਵਾ ਨਿਆਂ ਨਹੀਂ ਮਿਲਦਾ ਸਾਡੇ ਹੱਕ ਦੀ ਗੱਲ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਦੇ ADC ਅਤੇ DFC ਮੈਡਮ ਜਿਹੜੇ ਆ ਉਹ ਮਾਰਕੀਟ ਕਮੇਟੀ ਦਫ਼ਤਰ ਭਿੱਖੀਵਿੰਡ ਵਿਖੇ ਪੁੱਜੇ ਹੋਏ ਸਨ ਜੋ ਇਸ ਵਕਤ ਜਿਹੜੇ ਆ ਦਫ਼ਤਰ ਦੇ ਅੰਦਰ ਬੈਠੇ ਹੋਏ ਆ ਅਤੇ ਬਾਹਰ ਸੁਰੱਖਿਆ ਮੁਲਾਜ਼ਮ ਜਿਹੜੇ ਆ ਉਹ ਤੈਨਾਤ ਨੇ ਉਸ ਤੋਂ ਬਾਅਦ ਜਿਹੜਾ ਵਾ ਗੇਟ ਅੱਗੇ ਜਿਹੜਾ ਵਾ ਆੜ੍ਹਤੀਆਂ ਵੱਲੋਂ ਧਰਨਾ ਲਗਾਇਆ ਹੋਇਆ ਹੈ ਇੱਥੇ ਲਿਫਟਿੰਗ ਨਹੀਂ ਹੋ ਰਹੀ ਆੜ੍ਹਤੀਆਂ ਦੀ ਪ੍ਰੋਬਲਮ ਚੱਲ ਰਹੀ ਹੈ ਆੜ੍ਹਤੀਆਂ ਅਤੇ ਕੰਟਰੈਕਟਰ ਦੀ ਆਪਸ ਪ੍ਰੋਬਲਮ ਚੱਲ ਰਹੀ ਹੈ ਹੱਲ ਕਰ ਰਹੇ ਹੋ ਜੇ ਲਾਸਟ ਪੇਮੈਂਟ ਵੀ ਕਹਿੰਦੇ ਬਕਾਇਆ ਤਾਂ ਹੁਣ ਉਸੇ ਦੀ ਗੱਲ ਕਰ ਰਹੇ ਹਾਂ 72 ਘੰਟੇ ਦੀ ਜਿਹੜੀ ਆ ਇੱਕ ਟਾਈਮ ਲਿਮਿਟ ਹੁੰਦੀ ਆ 72 ਘੰਟੇ ਤੋਂ ਆਫਟਰ ਜਿਹੜਾ ਵਾ ਜਦੋਂ ਪੇਮੈਂਟ ਹੋ ਜਾਂਦੀ ਆ ਅਤੇ ਬਾਅਦ ਦੇ ਵਿੱਚ ਆੜ੍ਹਤੀ ਜ਼ਿ੮ਮੇਵਾਰ ਮੰਨੋਗੇ ਕਿ ਜਾਂ ਟੈਂਡਰ ਕਾਨੂੰਨ ਮੰਨੋਗੇ ਨਹੀਂ ਉਹ ਤਾਂ ਸਰਕਾਰ ਦੀਆਂ ਜੋ ਗਾਈਡਲਾਈਨਸ ਨੇ ਉਸੇ ਹਿਸਾਬ ਨਾਲ ਹੁੰਦਾ 72 ਘੰਟੇ ਦੀ ਲਿਫਟਿੰਗ ਹੋਣੀ ਹੁੰਦੀ ਹੈ ਆੜ੍ਹਤੀਆਂ ਦਾ ਟੈਂਡਰ ਕਾਰ ਨਾਲ ਵਿਵਾਦ ਚੱਲਣ ਦੇ ਕਾਰਨ ਭਿੱਖੀਵਿੰਡ ਅਨਾਜ ਮੰਡੀ ਦੇ ਬਾਹਰ ਬਾਰ ਇਹ ਲਾਈਨ ਲੰਮੀ ਟਰੱਕਾਂ ਦੀ ਖੜੀ ਹੋਈ ਹੈ ਜੋ ਟੈਂਡਰ ਕਾਰ ਦਾ ਕਹਿਣਾ ਹੈ ਕਿ ਮੈਂ ਭੇਜੇ ਹਨ ਪਰ ਵਿਵਾਦ ਪੈਣ ਕਾਰਨ ਜਿਹੜਾ ਵਾ ਉਹ ਲੋਡ ਨਹੀਂ ਹੋ ਸਕੇ ਇਸ ਵਕਤ ਜੋ ਅਨਾਜ ਮੰਡੀ ਭਿੱਖੀਵਿੰਡ ਦੇ ਬਾਹਰ ਖੜ੍ਹੇ ਹਨ ਆੜ੍ਹਤੀਆਂ ਦਾ ਧਰਨਾ ਰਾਤ 11:15 ਤੱਕ ਜਾਰੀ ਸੀ ਅਤੇ ਜ਼ਿਲ੍ਹੇ ਦੇ DFC ਮੈਡਮ ਸੰਯੋਗਤਾ ਅਤੇ ADC ਜਗਵਿੰਦਰ ਸਿੰਘ ਗਰੇਵਾਲ ਵੀ ਉੱਥੇ ਮੌਜੂਦ ਸਨ ਜੋ ਕਿ ਅੰਦਰ ਬੈਠੇ ਹੋਏ ਸਨ ਭਿੱਖੀਵਿੰਡ ਤੋਂ ਗਰਾਊਂਡ ਰਿਪੋਰਟਸ TV ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਪਿਛੌਰਾ ਸਿੰਘ ਪੰਨੂ ਦੀ ਰਿਪੋਰਟ ਜੀਆਂ ਸੱਚੀਆਂ ਅਤੇ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਗਰਾਊਂਡ ਰਿਪੋਰਟ TV ਨਿਊਜ਼ ਇੰਡੀਆ ਨੂੰ ਫੇਸਬੁੱਕ YouTube 'ਤੇ ਲਾਈਕ ਸ਼ੇਅਰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰੋ ਜੀ